ਓਲਡ ਪੈਨਸ਼ਨ ਸਕੀਮ ਦਾ, ਪੁਰਾਣੀ ਪੈਨਸ਼ਨ ਸਕੀਮ ਦਾ, ਔਰ ਪੂਰੇ ਪੰਜਾਬ ਭਰ ਵਿੱਚ, ਵੈਸੇ ਤਾਂ ਦੇਸ਼ ਭਰ ਦੇ ਵਿੱਚ ਇਸ ਦੀ ਲੜਾਈ ਜਿਹੜੇ ਮੁਲਾਜ਼ਮ ਲੋਕ ਲੜ ਰਹੇ ਨੇ, ਲੇਕਿਨ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ ਓਲਡ ਪੈਨਸ਼ਨ ਸਕੀਮ ਦੀ ਲੜਾਈ ਲੜ ਰਹੇ ਨੇ। ਕੀ ਹੁੰਦਾ ਸੀ ਸਪੀਕਰ ਸਾਹਿਬ, 50% ਜਿਹੜੀ ਬੇਸਿਕ ਸੈਲਰੀ ਚੋਂ, ਬੇਸਿਕ ਸੈਲਰੀ ਚੋਂ ਕੱਟ ਲਿਆ ਜਾਂਦਾ ਸੀ ਅਤੇ ਨਾਲ DA, ਉਹ ਉਦੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇ ਦਿੱਤੀ ਜਾਂਦੀ ਸੀ। ਫਿਰ 2004 'ਚ BJP ਦੀ ਸਰਕਾਰ ਆਈ ਕੇਂਦਰ 'ਚ, ਉਹਨਾਂ ਨੇ NPS ਜਿਹੜੀ ਸਕੀਮ ਲਾਗੂ ਕਰਤੀ, ਜਿਹਦੇ ਵਿੱਚ 14% ਬੇਸਿਕ ਸੈਲਰੀ ਜਿਹੜੀ ਸਰਕਾਰ ਦਿੰਦੀ ਹੈ, ਕੰਟਰੀਬਿਊਟ ਕਰਦੀ ਹੈ, ਇੰਪਲੋਏ ਕੰਟਰੀਬਿਊਟ ਕਰਦਾ ਉਹਦੇ 'ਚ 10%। ਹੁਣ ਜਿਹੜੇ ਇੰਪਲੋਇਜ਼ ਹੈ ਉਹ ਕਹਿੰਦੇ ਕਿ ਅਸੀਂ ਜਿਹੜੀ NPS ਨਹੀਂ ਲੈਣੀ, ਸਾਨੂੰ OPS ਲਾਗੂ ਕਰੋ। ਸੋ ਮੇਰੀ ਬੇਨਤੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ, ਇੱਕ ਟਵੀਟ ਹੈ, ਆਦਰਨੀਯ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ, ਹਮਨੇ ਪੰਜਾਬ ਕਾ ਕੋ ਵਾਅਦਾ ਕੀਆ ਥਾ ਕਿ ਪੰਜਾਬ ਮੇਂ ਓਲਡ ਪੈਨਸ਼ਨ ਸਕੀਮ ਲਾਗੂ ਕਰੇਂਗੇ। ਆਜ ਭਗਵੰਤ ਮਾਨ ਜੀ ਨੇ ਵਾਅਦਾ ਪੂਰਾ ਕੀਆ ਹੈ, ਪੰਜਾਬ ਕੇ ਸਭੀ ਕਰਮਚਾਰੀਓਂ ਕੋ ਵਧਾਈ। ਨਿਊ ਪੈਨਸ਼ਨ ਸਕੀਮ ਨਾ ਇਨਸਾਫੀ ਹੈ, ਪੂਰੇ ਦੇਸ਼ ਮੇਂ ਵਾਪਸ OPS ਲਾਗੂ ਹੋਣਾ ਚਾਹੀਏ। HP ਔਰ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਕੀ ਜਨਤਾ ਮੌਕਾ ਦੇਗੀ ਤੋ ਵਹਾਂ ਵੀ OPS ਲਾਗੂ ਕਰੇਂਗੇ। ਆਫਟਰ ਦੈਟ ਵਾਟ ਹੈਪਨ ਸਪੀਕਰ ਸਾਹਿਬ, ਤੁਹਾਡੀ ਗੱਲ ਆ ਗਈ ਜੀ? ਨਹੀਂ ਨਹੀਂ, ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਤੁਹਾਡੀ ਗੱਲ ਆ ਗਈ ਇਹਨਾਂ ਨੇ 18 ਨਵੰਬਰ 2022 ਨੂੰ, ਸਟਿਲ OPS ਜਿਹੜੀ ਸਕੀਮ ਹੈ ਉਦੋਂ ਬਾਅਦ ਉਹ ਉਵੇਂ ਪੈਂਡਿੰਗ ਦੀ ਪੈਂਡਿੰਗ ਪਈ ਹੈ। 3 ਰਾਜਾਂ ਨੇ, ਹਿਮਾਚਲ ਪ੍ਰਦੇਸ਼ ਸਾਡੇ ਤੋਂ ਬਾਅਦ ਸਰਕਾਰ ਬਣੀ ਸੀ, ਪਹਿਲੀ ਕੈਬਨਿਟ ਦੇ ਵਿੱਚ OPS ਲਾਗੂ ਕਰ ਦਿੱਤੀ ਗਈ ਹੈ। ਗੱਲ ਆ ਗਈ ਕਾਕਾ ਬਰਾੜ, ਓਲਡ ਪੈਨਸ਼ਨ ਸਕੀਮ ਦਾ, ਪੁਰਾਣੀ ਪੈਨਸ਼ਨ ਸਕੀਮ ਦਾ, ਔਰ ਪੂਰੇ ਪੰਜਾਬ ਭਰ ਵਿੱਚ, ਵੈਸੇ ਤਾਂ ਦੇਸ਼ ਭਰ ਦੇ ਵਿੱਚ ਇਸ ਦੀ ਲੜਾਈ ਜਿਹੜੇ ਮੁਲਾਜ਼ਮ ਲੋਕ ਲੜ ਰਹੇ ਨੇ, ਲੇਕਿਨ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ ਓਲਡ ਪੈਨਸ਼ਨ ਸਕੀਮ ਦੀ ਲੜਾਈ ਲੜ ਰਹੇ ਨੇ। ਕੀ ਹੁੰਦਾ ਸੀ ਸਪੀਕਰ ਸਾਹਿਬ, 50% ਜਿਹੜੀ ਬੇਸਿਕ ਸੈਲਰੀ ਚੋਂ, ਬੇਸਿਕ ਸੈਲਰੀ ਚੋਂ ਕੱਟ ਲਿਆ ਜਾਂਦਾ ਸੀ ਅਤੇ ਨਾਲ DA, ਉਹ ਉਦੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇ ਦਿੱਤੀ ਜਾਂਦੀ ਸੀ। ਫਿਰ 2004 'ਚ BJP ਦੀ ਸਰਕਾਰ ਆਈ ਕੇਂਦਰ 'ਚ, ਉਹਨਾਂ ਨੇ NPS ਜਿਹੜੀ ਸਕੀਮ ਲਾਗੂ ਕਰਤੀ, ਜਿਹਦੇ ਵਿੱਚ 14% ਬੇਸਿਕ ਸੈਲਰੀ ਜਿਹੜੀ ਸਰਕਾਰ ਦਿੰਦੀ ਹੈ, ਕੰਟਰੀਬਿਊਟ ਕਰਦੀ ਹੈ, ਇੰਪਲੋਏ ਕੰਟਰੀਬਿਊਟ ਕਰਦਾ ਉਹਦੇ 'ਚ 10%। ਹੁਣ ਜਿਹੜੇ ਇੰਪਲੋਇਜ਼ ਹੈ ਉਹ ਕਹਿੰਦੇ ਕਿ ਅਸੀਂ ਜਿਹੜੀ NPS ਨਹੀਂ ਲੈਣੀ, ਸਾਨੂੰ OPS ਲਾਗੂ ਕਰੋ। ਸੋ ਮੇਰੀ ਬੇਨਤੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ, ਇੱਕ ਟਵੀਟ ਹੈ, ਆਦਰਨੀਯ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ, ਹਮਨੇ ਪੰਜਾਬ ਕਾ ਕੋ ਵਾਅਦਾ ਕੀਆ ਥਾ ਕਿ ਪੰਜਾਬ ਮੇਂ ਓਲਡ ਪੈਨਸ਼ਨ ਸਕੀਮ ਲਾਗੂ ਕਰੇਂਗੇ। ਆਜ ਭਗਵੰਤ ਮਾਨ ਜੀ ਨੇ ਵਾਅਦਾ ਪੂਰਾ ਕੀਆ ਹੈ, ਪੰਜਾਬ ਕੇ ਸਭੀ ਕਰਮਚਾਰੀਓਂ ਕੋ ਵਧਾਈ। ਨਿਊ ਪੈਨਸ਼ਨ ਸਕੀਮ ਨਾ ਇਨਸਾਫੀ ਹੈ, ਪੂਰੇ ਦੇਸ਼ ਮੇਂ ਵਾਪਸ OPS ਲਾਗੂ ਹੋਣਾ ਚਾਹੀਏ। HP ਔਰ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਕੀ ਜਨਤਾ ਮੌਕਾ ਦੇਗੀ ਤੋ ਵਹਾਂ ਵੀ OPS ਲਾਗੂ ਕਰੇਂਗੇ। ਆਫਟਰ ਦੈਟ ਵਾਟ ਹੈਪਨ ਸਪੀਕਰ ਸਾਹਿਬ, ਤੁਹਾਡੀ ਗੱਲ ਆ ਗਈ ਜੀ? ਨਹੀਂ ਨਹੀਂ, ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਤੁਹਾਡੀ ਗੱਲ ਆ ਗਈ ਇਹਨਾਂ ਨੇ 18 ਨਵੰਬਰ 2022 ਨੂੰ, ਸਟਿਲ OPS ਜਿਹੜੀ ਸਕੀਮ ਹੈ ਉਦੋਂ ਬਾਅਦ ਉਹ ਉਵੇਂ ਪੈਂਡਿੰਗ ਦੀ ਪੈਂਡਿੰਗ ਪਈ ਹੈ। 3 ਰਾਜਾਂ ਨੇ, ਹਿਮਾਚਲ ਪ੍ਰਦੇਸ਼ ਸਾਡੇ ਤੋਂ ਬਾਅਦ ਸਰਕਾਰ ਬਣੀ ਸੀ, ਪਹਿਲੀ ਕੈਬਨਿਟ ਦੇ ਵਿੱਚ OPS ਲਾਗੂ ਕਰ ਦਿੱਤੀ ਗਈ ਹੈ। ਕਾਕਾ ਬਰਾੜ,